ਅਸੀਂ ਇੰਨੇ ਖਤਰਨਾਕ ਖਾਲਸਾ ਏਡ ਜਥੇਬੰਦੀ ਆ, ਬਚ ਕੇ ਰਹੋ ਸਾਡੇ ਕੋਲੋਂ, ਜੇ ਨਹੀਂ ਬਚ ਕੇ ਰਹੇ ਤੁਹਾਡੇ ਘਰ ਆ ਕੇ ਅਸੀਂ ਲੰਗਰ ਛਕਾ ਦੇਵਾਂਗੇ ਤੁਹਾਨੂੰ। ਘਰ ਨੂੰ ਦੇਖ ਕੇ ਮਤਲਬ ਸਮਝ ਹੀ ਸਕਦੇ ਹਾਂ ਕਿ ਉਹਨਾਂ ਦਾ ਜੀਵਨ ਕਿੰਨਾ ਸਾਦਾ ਹੋਊਗਾ। ਮੇਰੇ ਭੂਆ ਜੀ ਦੇ ਬੇਟੇ ਨੇ ਰਵੀ ਸਿੰਘ ਜੀ ਇੱਥੇ ਜੰਮੇ, ਇਹ ਉਹਨਾਂ ਦਾ ਜੱਦੀ ਘਰ ਆ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ। ਅਸੀਂ ਨਿੱਕੇ ਨਿੱਕੇ ਹੁੰਦੇ ਇੱਥੇ ਰਹੇ ਹਾਂ, ਜ਼ਿਆਦਾ ਥੋੜ੍ਹਾ ਚਿਰ ਪੜ੍ਹਨ ਨਾਨਕਾ ਪਿੰਡ ਕਿਹੜਾ ਜੀ ਸਾਨੂੰ ਉਹ ਵੀ ਦੱਸ। ਇਹ ਤਾਂ ਬਹੁਤ ਜਿਹੜੇ ਨਾ ਜਿਹੜੇ ਖਾਲਸਾ ਜੀ ਦੇ ਪ੍ਰਤੀ ਨੈਗੇਟਿਵ ਕਮੈਂਟ ਕਰਦੇ ਆ ਜਾਂ ਕਈ ਇੱਦਾਂ ਦੇ ਹੈਗੇ ਆ, ਦੇਖੋ ਜੀ 70 to 75 lakh ਇੱਕ ਸਾਲ ਦੇ ਵਿੱਚ ਜਿਹੜਾ ਪੰਜਾਬ ਕਰੋੜਾਂ ਰੁਪਏ ਦੇ ਜਿਹੜੇ ਪ੍ਰੋਜੈਕਟ ਨੇ ਅਨੰਦਪੁਰ, ਹੁਣ ਇਸ ਵੇਲੇ ਕਿਸਾਨ ਅੰਦੋਲਨ 'ਚ ਉਹਨਾਂ ਦਾ ਪੂਰਾ ਜ਼ੋਰ ਆ, ਪੂਰਾ ਉੱਥੇ ਕੱਪੜੇ ਅਸੀਂ ਇੰਨੇ ਖਤਰਨਾਕ ਖਾਲਸਾ ਏਡ ਜਥੇਬੰਦੀ ਆ, ਬਚ ਕੇ ਰਹੋ ਸਾਡੇ ਕੋਲੋਂ, ਜੇ ਨਹੀਂ ਬਚ ਕੇ ਰਹੇ ਤੁਹਾਡੇ ਘਰ ਆ ਕੇ ਅਸੀਂ ਲੰਗਰ ਛਕਾ ਦੇਵਾਂਗੇ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਆਪਾਂ ਸੇਵਾ ਦੀ ਗੱਲ ਕਰੀਏ ਤਾਂ ਪੁਰਾਤਨ ਸਮੇਂ ਦੇ ਵਿੱਚ ਭਾਈ ਘਨੱਈਆ ਜੀ ਜੋ ਕਿ 10ਵੇਂ ਪਾਤਸ਼ਾਹ ਦੇ ਸਮੇਂ ਜੰਗ ਦੇ ਮੈਦਾਨ ਵਿੱਚ ਘਾਇਲ ਸਿਪਾਹੀਆਂ ਨੂੰ ਪਾਣੀ ਪਿਲਾਇਆ ਕਰਦੇ ਸਨ, ਅਤੇ ਕਿਸੇ ਸਿੱਖ ਨੇ ਮਹਾਰਾਜ ਦੇ ਕੋਲ ਸ਼ਿਕਾਇਤ ਕਰ ਦਿੱਤੀ ਕਿ ਜੀ ਜੇ ਭਾਈ ਘਨੱਈਆ ਜੀ ਜੰਗ ਦੇ ਮੈਦਾਨ ਵਿੱਚ ਸਾਡੇ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਹਨ। ਤਾਂ ਗੁਰੂ ਜੀ ਨੇ ਭਾਈ ਘਨੱਈਆ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ ਕਿ ਤੁਸੀਂ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਪਾਣੀ ਕਿਉਂ ਪਿਲਾਉਂਦੇ ਹੋ? ਤਾਂ ਭਾਈ ਘਨੱਈਆ ਜੀ ਨੇ ਉੱਤਰ ਦਿੱਤਾ ਕਿ ਗੁਰੂ ਜੀ, ਮੈਨੂੰ ਤਾਂ ਹਰ ਪਾਸੇ ਤੁਹਾਡਾ ਹੀ ਰੂਪ ਦਿਖਦਾ ਹੈ। ਅਤੇ ਗੁਰੂ ਜੀ ਨੇ ਖੁਸ਼ ਹੋ ਕੇ ਭਾਈ ਘਨੱਈਆ ਜੀ ਨੂੰ ਕਿਹਾ ਕਿ ਤੁਸੀਂ ਅੱਜ ਤੋਂ ਮਾਲਮ ਪੱਟੀ ਵੀ ਕੋਲ ਲੈ ਜਾਇਆ ਕਰੋ। ਅਤੇ ਜੇ ਅੱਜ ਅਜੋਕੇ ਸਮੇਂ ਦੇ ਵਿੱਚ ਗੱਲ ਕਰੀਏ ਸੇਵਾ ਦੀ, ਤਾਂ ਸਭ ਤੋਂ ਪਹਿਲਾਂ ਸਾਡੇ ਦਿਲ ਦੇ ਵਿੱਚ ਨਾਮ ਆਉਂਦਾ ਹੈ ਸਰਦਾਰ ਰਵੀ ਸਿੰਘ ਜੀ ਖਾਲਸਾ, ਜੋ ਕਿ ਖਾਲਸਾ ਏਡ ਦੇ ਸੰਸਥਾਪਕ ਹਨ, ਜਿਨ੍ਹਾਂ ਨੇ ਸਿੱਖੀ ਸਿਧਾਂਤਾਂ ਨੂੰ ਪੂਰੀ ਦੁਨੀਆ ਦੇ ਵਿੱਚ ਪਹੁੰਚਾਇਆ ਹੈ। ਅਤੇ ਭਾਈ ਸਾਹਿਬ ਨੇ ਜੰਗ ਦੇ ਮੈਦਾਨਾਂ ਦੇ ਵਿੱਚ ਜਾ ਕੇ ਇਨਸਾਨੀਅਤ ਦੀ ਸੇਵਾ ਸ਼ੁਰੂ ਕਰ ਦਿੱਤੀ। ਦੋਸਤੋ, ਅਸੀਂ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਾਂ, ਅਸੀਂ ਤੁਹਾਨੂੰ ਉਹਨਾਂ ਦਾ ਪਿੰਡ ਅਤੇ ਜੱਦੀ ਘਰ ਦਿਖਾਉਣ ਜਾ ਰਹੇ ਹਾਂ। ਜਿਹੜੇ ਦੋਸਤ ਸਾਡੇ ਨਾਲ ਨਵੇਂ ਜੁੜੇ ਆ, ਬੇਨਤੀ ਆ ਉਹ ਬੈਲ ਆਈਕੋਨ ਬਟਨ ਜ਼ਰੂਰ ਪ੍ਰੈਸ ਕਰਨ ਤਾਂ ਜੋ ਸਾਡੀਆਂ ਨਵੀਆਂ ਅਪਡੇਟਸ ਆ ਤੁਹਾਡੇ ਤੱਕ ਪਹੁੰਚ ਸਕਣ। ਅਤੇ ਆਓ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਅਤੇ ਤੁਹਾਨੂੰ ਲੈ ਚੱਲੀਏ ਭਾਈ ਸਾਹਿਬ ਦੇ ਪਿੰਡ ਮੁੰਡੀਆਂ ਜੱਟਾਂ, ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਟਾਂਡਾ ਰੋਡ ਬੁੱਲੋਵਾਲ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੀਵੀ ਰੋਜ਼ 7 ਵਾਲੇ ਤੇ। ਤੇ ਅੱਜ ਅਸੀਂ ਖੜੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੁੱਡੀਆਂ ਚੱਟਾਂ ਦੇ ਵਿੱਚ। ਇਹ ਉਹ ਪਿੰਡ ਆ ਜਿੱਥੇ ਸਰਦਾਰ ਰਵੀ ਸਿੰਘ ਇਸ ਨਾਮ ਤੋਂ ਪੂਰੀ ਦੁਨੀਆ ਜਾਣੂ ਹੈ, ਜੋ ਕਿ ਖਾਲਸਾ ਏਡ ਦੇ ਸੰਸਥਾਪਕ ਨੇ, ਉਹਨਾਂ ਦਾ ਜਨਮ ਹੋਇਆ ਹੈ। ਤੇ ਆਓ ਫਿਰ ਤੁਹਾਨੂੰ ਦਿਖਾਉਂਦੇ ਹਾਂ ਉਹ ਉਹਨਾਂ ਦਾ ਜੱਦੀ ਘਰ ਤੇ ਉਹ ਗਲੀਆਂ ਜਿੱਥੇ ਉਹਨਾਂ ਦਾ ਜਿੱਥੇ ਬਚਪਨ ਬੀਤਿਆ। ਤੇ ਆਓ ਫਿਰ ਚੱਲਦੇ ਹਾਂ ਆਪਾਂ। ਤੁਸੀਂ ਦੇਖ ਰਹੇ ਹੋ ਉਹ ਗਲੀ ਆ ਜਿਹੜੀ ਇੱਥੇ ਕਿਸੇ ਟਾਈਮ ਰਵੀ ਸਿੰਘ ਜੀ ਆਪਣਾ ਜਿਹਨਾਂ ਨੇ ਆਪਣਾ ਬਚਪਨ ਬਿਤਾਇਆ, ਇਹ ਉਹ ਗਲੀਆਂ ਅਤੇ ਇਹ ਉਹਨਾਂ ਦਾ ਉਹ ਪੁਰਾਣਾ ਘਰ ਆ। ਅਤੇ ਅੱਜ ਵੀ ਜਦੋਂ ਆਉਂਦੇ ਆ ਇੰਡੀਆ ਤਾਂ ਉਹਨਾਂ ਦੇ, ਹਾਲਾਂਕਿ ਉਹਨਾਂ ਦੇ ਬ੍ਰਦਰ ਨੇ, ਮੈਨੂੰ ਨਹੀਂ ਪਤਾ ਵੱਡੇ ਜਾਂ ਛੋਟੇ, ਉਹਨਾਂ ਦੇ ਬ੍ਰਦਰ ਨੇ ਮੇਨ ਰੋਡ 'ਤੇ ਇੱਕ ਕੋਠੀ ਪਾਈ ਹੋਈ ਆ, ਪਰ ਅੱਜ ਵੀ ਜਦੋਂ ਆਉਂਦੇ ਆ ਤਾਂ ਮਤਲਬ ਪਤਾ ਲੱਗਾ ਕਿ ਉਹ ਇਸ ਘਰ ਦੇ ਵਿੱਚ ਹੀ ਰਹਿੰਦੇ ਆ। ਅਤੇ ਅਸੀਂ ਬਹੁਤ ਖੁਸ਼ ਕਿਸਮਤ ਆ ਵੀ ਸਾਨੂੰ ਅੱਜ ਇਸ ਘਰ ਦੇ ਅੰਦਰ ਜਾਣ ਦਾ ਮੌਕਾ ਮਿਲ ਰਿਹਾ। ਅਤੇ ਭਾਅ ਜੀ ਹੁਣੀ ਸਾਨੂੰ ਚਾਬੀ ਵੀ ਦਿੱਤੀ ਆ, ਫਿਰ ਚਾਬੀ ਖੋਲ੍ਹ ਕੇ ਤੁਹਾਨੂੰ ਅੰਦਰੋਂ ਦਿਖਾ ਦਿੰਦੇ ਹਾਂ। ਅਤੇ ਆਓ ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ ਖਾਲਸਾ ਜੀ ਦਾ ਘਰ। ਤੁਸੀਂ ਇਸ ਘਰ ਨੂੰ ਦੇਖ ਕੇ ਮਤਲਬ ਸਮਝ ਹੀ ਸਕਦੇ ਹਾਂ ਕਿ ਉਹਨਾਂ ਦਾ ਜੀਵਨ ਕਿੰਨਾ ਸਾਦਾ ਹੋਊਗਾ। ਅਤੇ ਹਾਲੇ ਵੀ ਜਦੋਂ ਵੀ ਉਹ ਪਿੰਡ ਆਉਂਦੇ ਆ ਅਤੇ ਇਸੇ ਘਰ ਦੇ ਵਿੱਚ ਮਤਲਬ ਰਹਿੰਦੇ ਆ। ਇਹ ਘਰ ਕਾਫੀ ਬਾਹਰ ਲਿਖਿਆ ਹੋਇਆ, ਘਰ ਦਾ ਬਣਿਆ ਹੋਇਆ ਕਾਫੀ ਪੁਰਾਣਾ।
ਅਸੀਂ ਖੁਸ਼ ਕਿਸਮਤ ਆ ਤੇ ਇੱਕ ਦੋ ਤਰੀਕੇ ਨਾਲ, ਇੱਕ ਤਾਂ ਪਹਿਲਾਂ ਸਾਨੂੰ ਇਸ ਘਰ ਦੇ ਅੰਦਰ ਐਂਟਰ ਹੋਣ ਲਈ ਚਾਬੀ ਮਿਲ ਗਈ, ਅਸੀਂ ਇਸ ਘਰ ਦੇ ਅੰਦਰ ਖੜੇ ਹਾਂ, ਤੇ ਦੂਸਰਾ ਇਹਨਾਂ ਦੇ ਮੇਰੇ ਭੂਆ ਜੀ ਦੇ ਬੇਟੇ, ਹਾਂਜੀ ਮੇਰੇ ਭੂਆ ਜੀ ਦੇ ਬੇਟੇ ਨੇ ਰਵੀ ਸਿੰਘ ਜੀ, ਇੱਥੇ ਜੰਮੇ ਪਲੇ ਨੇ, ਇੱਥੋਂ ਹੀ ਮੁੜ ਕੇ ਇੰਗਲੈਂਡ ਗਏ ਨੇ, ਉੱਥੇ ਜਾ ਕੇ 21 ਸਾਲ ਪਹਿਲਾਂ ਉਹਨਾਂ ਨੇ ਇਹ ਸੇਵਾ ਸ਼ੁਰੂ ਕੀਤੀ ਸੀ, ਅੱਜ ਤੁਸੀਂ ਜਾਣਦੇ ਹੋ ਕਿ ਪੂਰੇ ਵਰਲਡ ਵਿੱਚ ਚੱਲ ਰਹੀ। ਇਹ ਉਹਨਾਂ ਦਾ ਜੱਦੀ ਘਰ ਆ, ਅਤੇ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਿੰਪਲ ਔਰ ਸਾਦਾ, ਸਾਰੀ ਫੈਮਿਲੀ ਇੰਗਲੈਂਡ ਰਹਿ ਰਹੀ ਹੈ, ਮੈਂ ਇੱਥੇ ਕੰਮ ਇਹਨਾਂ ਦਾ ਦੇਖ ਰਿਹਾ। ਠੀਕ ਹੈ ਜੀ, ਠੀਕ ਹੈ। ਅਤੇ ਬਚਪਨ ਦਾ ਤੁਹਾਡਾ ਇਕੱਠਿਆਂ ਦਾ ਲੰਘਿਆ ਹੋਣਾ ਕੋਈ, ਸਾਨੂੰ ਬਚਪਨ ਦੀ ਕੋਈ ਯਾਦ ਕੋਈ? ਬਹੁਤ ਥੋੜ੍ਹਾ ਚਿਰ ਇਕੱਠੇ ਰਹੇ ਹਾਂ ਸਾਡੇ ਤੋਂ, ਇਹ ਅਸੀਂ ਨਿੱਕੇ ਨਿੱਕੇ ਹੁੰਦੇ ਇੱਥੇ ਰਹੇ ਹਾਂ, ਜ਼ਿਆਦਾ ਥੋੜ੍ਹਾ ਚਿਰ ਪੜ੍ਹਦੇ ਹਾਂ ਸਾਰੀ ਚਲੇ ਗਏ ਸੀ ਬਾਹਰ। ਠੀਕ ਹੈ, ਉਦੋਂ ਸਾਨੂੰ ਇਕੱਠੇ ਰਹਿਣ ਦਾ ਘੱਟ ਸਮਾਂ ਮਿਲਿਆ, ਪਰ ਹੁਣ ਜਦੋਂ ਵੀ ਆਉਂਦੇ ਨੇ ਏਅਰਪੋਰਟ ਤੋਂ ਉਤਰ ਕੇ ਪਹਿਲਾਂ ਆਪਣੇ ਨਾਨਕੇ ਘਰ ਹੀ ਆਉਂਦੇ ਨੇ। ਠੀਕ ਹੈ, ਉਸ ਤੋਂ ਬਾਅਦ ਅੱਗੇ ਪੂਰੇ ਇੰਡੀਆ ਦਾ ਕੰਮ ਜਿਹੜਾ। ਤੇ ਇਹਨਾਂ ਦਾ ਨਾਨਕਾ ਪਿੰਡ ਕਿਹੜਾ ਜੀ, ਸਾਨੂੰ ਉਹ ਵੀ ਦੱਸ ਦਿਓ। ਟੋਟਲੀ ਰਾਈਆਂ ਡਿਸਟ੍ਰਿਕਟ ਜਲੰਧਰ ਸ਼ਾਮ ਚਰਾਸੀ ਨਜ਼ਦੀਕ। ਠੀਕ ਹੈ ਜੀ, ਠੀਕ ਹੈ। ਹਾਂਜੀ, ਮੇਰਾ ਉਹ ਪਿੰਡ ਨੇ, ਮੈਂ ਇੱਥੇ ਕੰਮ ਸਟਾਰਟ ਕਰਾਇਆ ਨੇ ਸ਼ਮਸ਼ਾਨ ਘਰ ਦਾ, ਪਾਣੀ ਦਾ ਵਿਕਾਸ ਔਰ ਛੱਪੜ ਦੀ ਸਫਾਈ। ਠੀਕ ਹੈ, ਜੋ ਵੀ ਇੱਥੇ ਉਹਨਾਂ ਨੇ ਮੇਰੀ ਡਿਊਟੀ ਲਾਈ ਉਹ ਮੈਂ ਕੰਮ ਕਰਵਾ ਰਿਹਾ। ਮਤਲਬ ਇਸ ਪਿੰਡ ਦੇ ਵਿੱਚ ਕਾਰਜ ਚੱਲ ਰਿਹਾ ਹੈ। ਇਸ ਪਿੰਡ ਵਿੱਚ ਕਾਰਜ ਸ਼ੁਰੂ ਸਟਾਰਟ ਕੀਤੇ ਨੇ, ਪਹਿਲਾਂ ਸ਼ਮਸ਼ਾਨ ਘਾਟ ਤੋਂ ਉਹਨਾਂ ਦਾ ਅਸੀਂ ਕੰਮ ਸਟਾਰਟ ਕਰਨੇ ਆ, ਉਸ ਤੋਂ ਬਾਅਦ ਜੋ ਵੀ ਉਹ ਸਾਨੂੰ ਹੁਕਮ ਕਰਨਗੇ ਅਸੀਂ ਉਹਨਾਂ ਦੇ ਪਿੰਡ ਦਾ ਵਿਕਾਸ ਕਰਵਾਵਾਂਗੇ, ਜੋ ਵੀ ਸਾਂਝਾ ਕੰਮ ਹੋਏਗਾ ਪਿੰਡ ਦਾ, ਜੋ ਪਿੰਡ ਵਾਲੇ ਆਖਣਗੇ, ਜੋ ਬਾਹਰੋਂ ਖਾਲਸਾ ਜੀ ਆਖਣਗੇ, ਉਹ ਅਸੀਂ ਤੇ ਸੇਵਾ ਆਪਣੀ ਨਿਭਾਵਾਂਗੇ ਔਰ ਨਿਭਾ ਰਹੇ ਹਾਂ। ਹਾਂਜੀ, ਤੇ ਬਾਬਾ ਜੀ ਇੱਕ ਚੀਜ਼ ਹੋਰ ਸੀ, ਜਿੱਦਾਂ ਬਹੁਤ ਜਿਹੜੇ ਨਾ ਜਿਹੜੇ ਖਾਲਸਾ ਜੀ ਦੇ ਪ੍ਰਤੀ ਨੈਗੇਟਿਵ ਕਮੈਂਟ ਕਰਦੇ ਆ ਜਾਂ ਕਈ ਇੱਦਾਂ ਦੇ ਹੈਗੇ ਆ, ਅਤੇ ਉਹ ਮਤਲਬ ਬਹੁਤ ਵਾਰੀ ਕਹਿ ਦਿੰਦੇ ਆ ਵੀ ਖਾਲਸਾ ਜਿਹੜੇ ਪੰਜਾਬ 'ਚ ਨਹੀਂ ਕੰਮ ਕਰਦੀ, ਹਾਲਾਂਕਿ ਉਹਨਾਂ ਨੂੰ ਉਹਨਾਂ ਨੇ ਕਦੇ ਉਹਨਾਂ ਦੀ ਵੈਬਸਾਈਟ ਨਹੀਂ ਜਾ ਕੇ ਚੈੱਕ ਕੀਤੀ ਹੁੰਦੀ, ਅਤੇ ਉਹਨਾਂ ਨੂੰ ਕਦੇ ਇਹ ਚੀਜ਼ ਦਾ ਪਤਾ ਨਹੀਂ ਹੁੰਦਾ ਕਿ ਉਹਨਾਂ ਨੇ ਕਿਹੜੇ ਕਿਹੜੇ ਕਾਰਜ ਚੱਲ ਰਹੇ ਆ, ਹੈ ਨਾ। ਦੇਖੋ ਜੀ, 70 ਤੋਂ 75 ਲੱਖ ਇੱਕ ਸਾਲ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਮਰੀਜ਼ ਆ ਉਹਨਾਂ ਦਾ ਟ੍ਰੀਟਮੈਂਟ ਕਰਵਾ ਰਹੇ ਹਾਂ। ਉਸ ਤੋਂ ਬਾਅਦ ਫਿਰ ਫਲੱਡ ਆਏ ਸੀ ਸ਼ਾਹਕੋਟ ਏਰੀਏ ਦੇ ਵਿੱਚ, ਪੂਰੇ ਪਿੰਡਾਂ ਨੂੰ ਟਰੈਕਟਰ ਲੈ ਕੇ ਦਿੱਤੇ, ਅਨੰਦਪੁਰ ਸਾਹਿਬ ਏਰੀਏ 'ਚ ਜਿਹਨਾਂ ਦੇ ਪਸ਼ੂ ਮਰ ਗਏ ਉਹਨਾਂ ਨੂੰ ਪਸ਼ੂ ਲੈ ਕੇ ਦਿੱਤੇ, ਬਹੁਤ ਕੀਮਤ ਦੇ ਪਸ਼ੂਆਂ ਦੀ ਫੀਡ, ਚਾਰਾ, ਮੈਡੀਸਨ, ਲੰਗਰ, ਔਰ ਜਿੱਥੇ ਬੰਨ ਟੁੱਟਾ ਸੀ ਉੱਥੇ ਸੇਵਾ ਕੀਤੀ। ਕਰੋੜਾਂ ਰੁਪਏ ਦੇ ਜਿਹੜੇ ਪ੍ਰੋਜੈਕਟ ਨੇ ਅਨੰਦਪੁਰ ਸਾਹਿਬ ਦਾ ਏਰੀਆ ਔਰ ਸ਼ਾਹਕੋਟ ਦਾ ਏਰੀਆ ਜਿੱਥੇ ਕਿ ਅਸੀਂ ਸਟਾਰਟ ਕੀਤੇ ਨੇ ਉਹਨਾਂ ਨੇ ਕਰਵਾਏ। ਹੁਣ ਇਸ ਵੇਲੇ ਕਿਸਾਨ ਅੰਦੋਲਨ 'ਚ ਉਹਨਾਂ ਦਾ ਪੂਰਾ ਜ਼ੋਰ ਆ, ਪੂਰਾ ਉੱਥੇ ਕੱਪੜੇ ਤੋਂ ਲੈ ਕੇ ਲੰਗਰ ਤੱਕ, ਜੁੱਤੀ ਤੱਕ ਸੇਵਾ ਕਰ ਰਹੇ ਆ। ਉਸ ਤੋਂ ਬਾਅਦ ਪੂਰੇ ਗੁਜਰਾਤ, ਜਦੋਂ ਸਭ ਤੋਂ ਪਹਿਲਾਂ ਫਲੱਡ ਆਇਆ ਔਰ ਭੁਚਾਲ ਆਇਆ, ਸਭ ਤੋਂ ਪਹਿਲਾਂ ਉਹਨਾਂ ਨੇ ਉੱਥੇ ਸੇਵਾ ਸਟਾਰਟ ਕੀਤੀ ਗੁਜਰਾਤ ਵਿੱਚ। ਬਹੁਤ ਸਾਲ ਪਹਿਲਾਂ ਉੱਥੇ ਭੁਚਾਲ ਆਇਆ ਸੀ, ਬੜੀ ਦੁਨੀਆ ਮਰੀ ਸੀ, ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਉੱਥੇ ਉਹਨਾਂ ਨੇ ਕੰਮ ਸਟਾਰਟ ਕੀਤਾ ਸੀ। ਅੱਜ ਤੋਂ ਬਹੁਤ ਸਾਲ ਦੀ ਗੱਲ ਆ, ਅਸੀਂ ਛੋਟੇ ਹੁੰਦੇ ਸੀ ਜਦੋਂ ਉਹਨਾਂ ਨੇ ਉੱਥੇ ਕੰਮ ਸਟਾਰਟ ਕੀਤਾ ਸੀ। ਇੰਡੀਆ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰੋਜੈਕਟ ਚੱਲ ਰਹੇ ਆ, ਬਹੁਤ ਦੁਨੀਆ ਸਾਥ ਦੇ ਰਹੀ ਆ। ਉਹ ਲੋਕ ਉਹਨਾਂ ਦੇ ਵਾਰਖਲਾਫ ਜਾ ਰਹੇ ਜਿਨ੍ਹਾਂ ਨੂੰ ਉਹਨਾਂ ਦੇ ਕੰਮਾਂ ਬਾਰੇ ਨਹੀਂ ਪਤਾ, ਜਿਨ੍ਹਾਂ ਨੂੰ ਉਹਨਾਂ ਦੇ ਕੰਮਾਂ ਬਾਰੇ ਪਤਾ ਹੈ। ਅਸੀਂ ਹੁਣ ਮਾਨਸੇ ਡਿਸਟ੍ਰਿਕਟ ਦੇ ਵਿੱਚ ਸਰਵੇ ਕਰਕੇ ਆਏ ਹਾਂ, ਬਹੁਤ ਫੈਮਿਲੀਆਂ ਇਹੋ ਜਿਹੀਆਂ ਜਿਹੜੀਆਂ ਕਿ ਰੋਟੀ ਵੀ ਖਾਣ ਦੇ ਯੋਗ ਨਹੀਂ ਰਹੀਆਂ, ਉਹਨਾਂ ਦੇ ਫੈਮਿਲੀਆਂ ਖਤਮ ਹੋ ਗਈਆਂ, ਉਹਨਾਂ ਦੇ ਘਰ ਬਣਾਉਣੇ ਨੇ, ਉਹਨਾਂ ਦਾ ਮੈਡੀਕਲ ਕਰਾਉਣਾ, ਉਹਨਾਂ ਦੇ ਬੱਚੇ ਪੜ੍ਹਾਉਣੇ ਨੇ, ਉਹਨਾਂ ਨੂੰ ਡੈਰੀ ਫਾਰਮ ਨਾਲ ਜੋੜਨਾ, ਉਹਨਾਂ ਨੇ ਕਿਸੇ ਨੂੰ ਦੁਕਾਨ ਪਾਉਣੀ ਆ, ਔਰ ਉੱਥੇ ਦਾ ਕੰਮ ਜਿਹੜਾ ਕਿ ਮੈਂ ਦੇਖ ਰਿਹਾ ਜਿਹੜਾ ਕਿ ਕਰੋੜਾਂ ਰੁਪਏ ਦੇ ਵਿੱਚ ਉਹ ਇੱਕ ਪਿੰਡ ਦਾ ਹੀ ਕੰਮ ਜਿਹੜਾ ਕਿ ਅਸੀਂ ਕਰਾ ਰਹੇ ਹਾਂ। ਠੀਕ ਹੈ ਜੀ, ਅਸੀਂ ਕੱਲ੍ਹ ਹੀ ਉੱਥੋਂ ਆਏ ਹਾਂ, ਸਾਡੇ ਆਰਕੀਟੈਕਟ ਉੱਥੇ ਲੱਗੇ ਹੋਏ ਨੇ, ਇੱਕ ਨਾ ਮਤਲਬ ਜਿਹੜੀ ਚੀਜ਼ ਹੁੰਦੀ ਆ ਜਿੱਦਾਂ ਮੇਨ ਸਭ ਤੋਂ ਮੇਨ ਖਾਲਸਾ ਏਡ ਜਿੱਦਾਂ ਨਾ ਜਦੋਂ ਅਸੀਂ ਨਾਂ ਸੁਣਦੇ ਜਿੱਦਾਂ ਸਾਡੇ ਦਿਮਾਗ 'ਚ ਆਉਂਦੀ ਆ ਵੀ ਜਿੱਥੇ ਕਿਤੇ ਜਾ ਨਹੀਂ ਸਕਦੇ, ਜਿੱਥੇ ਬਾਰਡਰ ਏਰੀਆ, ਜਿੱਥੇ ਗੋਲੀਆਂ ਵਰਦੀਆਂ ਜਾਂ ਕੁਛ ਵੀ, ਹੁਣ ਵੀ ਜਿੱਦਾਂ UK 'ਚ ਕੱਲ੍ਹ ਪਰਸੋਂ ਜਿੰਨੇ ਟਰੱਕ ਡਰਾਈਵਰ ਸਾਰੇ ਸਟੱਕ ਹੋ ਗਏ, ਹੈ ਨਾ, ਜਦੋਂ ਇੱਕ ਤਰ੍ਹਾਂ ਦਾ UK 'ਚ ਮੈਨੂੰ ਲੱਗਦਾ ਲੋਕਡਾਊਨ 4 ਹੋਇਆ, ਅਤੇ ਇਸ ਵੇਲੇ ਪੁਲਿਸ ਨੇ ਸੰਪਰਕ ਕੀਤਾ ਖਾਲਸਾ ਏਡ ਦੇ ਨਾਲ ਕਿ ਉੱਥੇ ਬਹੁਤ ਦੁਨੀਆ, ਦੋ ਤਿੰਨ ਦਿਨ ਤੋਂ ਡਰਾਈਵਰ ਜਿਹੜੇ ਵੀਰ ਭੁੱਖੇ ਬੈਠੇ ਸੀ, ਜਿਹੜੇ ਕਿ ਸਾਰੀਆਂ ਕੰਟਰੀਆਂ ਦੇ ਯੂਰਪ ਦੇ ਉੱਥੇ ਫਸੇ ਹੋਏ ਸੀ, ਉਹਨਾਂ ਨੂੰ ਇੱਕ ਦਿਨ ਦੇ ਵਿੱਚ ਹੀ 1000 ਪੀਜੇ ਦਾ ਲੰਗਰ ਅਤੇ ਦੂਸਰਾ ਗੁਰੂ ਘਰਾਂ ਤੋਂ ਲੰਗਰ ਬਣਾ ਕੇ ਉਹਨਾਂ ਨੂੰ ਪ੍ਰੋਵਾਈਡ ਕਰਾਇਆ, ਪਾਣੀ ਤੱਕ ਉੱਥੇ ਦਿੱਤਾ ਗਿਆ। ਜਿੱਥੇ ਵੀ ਉੱਥੇ ਕਿ ਗੌਰਮੈਂਟ ਵੀ ਖਾਲਸਾ ਏਡ ਦੀਆਂ ਸਵਾਵਾਂ ਜਿਹੜੀਆਂ ਕਿ ਲੈ ਰਹੀਆਂ ਨੇ। ਬਿਲਕੁਲ, ਅਸੀਂ ਦੇਖਿਆ ਬਾਹਰਲੀਆਂ ਗੌਰਮੈਂਟ, ਬਹੁਤ ਬਾਹਰਲੀਆਂ ਗੌਰਮੈਂਟਾਂ ਜਿੱਥੇ ਬਾਹਰਲੇ ਪ੍ਰਾਈਮ ਮਿਨਿਸਟਰ ਤੱਕ ਖਾਲਸਾ ਏਡ ਦਾ ਥੈਂਕ ਯੂ ਕਰਦੇ ਆ। ਬਿਲਕੁਲ ਜੀ, ਬਿਲਕੁਲ, ਉਹਨਾਂ ਨੇ ਬਹੁਤ ਵਾਰੀ ਸਨਮਾਨਿਤ ਕੀਤਾ, UK ਵਾਲਿਆਂ ਨੇ ਬਹੁਤ ਵਾਰੀ ਸਨਮਾਨਿਤ ਕੀਤਾ, ਪਰ ਉਹ ਸਨਮਾਨ ਜਿਹੜਾ ਉਹ ਉਹਨਾਂ ਨੇ ਆਪਣੀ ਮਾਤਾ ਨੂੰ ਹੀ ਦਵਾਇਆ। UK ਸੰਸਦ ਦੇ ਵਿੱਚੋਂ ਸਨਮਾਨ ਮਿਲਿਆ, ਉਹਨਾਂ ਨੇ ਆਪਣੀ ਮਾਤਾ ਨੂੰ ਹੀ ਦਵਾਇਆ। ਹਾਂਜੀ ਹਾਂਜੀ ਹਾਂਜੀ, ਅਤੇ ਇੱਕ 2015 ਦੇ ਵਿੱਚ ਇੱਕ ਇੰਡੀਅਨ ਈਅਰ ਅਵਾਰਡ ਸੀਗਾ ਕੋਈ, ਮੇਰੇ ਖਿਆਲ ਨਾਲ ਜਿਹੜਾ ਉਹਨਾਂ ਨੇ ਲੈਣ ਤੋਂ ਨਾ ਕੀਤੀ ਸੀ, ਹੈ ਨਾ। ਮੈਂ ਇੰਡੀਅਨ ਕਹਿ ਕੇ ਨਹੀਂ ਲਊਂਗਾ, ਅਗਰ ਪੰਜਾਬੀ ਕਹਿ ਕੇ ਦਿਓਗੇ, 84 ਦੀ ਜਿਹੜੀ ਇਨਕੁਆਇਰੀ ਕਰਵਾਓਗੇ, ਜਿਹੜੇ ਲੋਕਾਂ ਦੇ ਨਜਾਇਜ਼ ਮੁੰਡੇ ਮਾਰੇ ਉਹਨਾਂ ਦੀ ਇਨਕੁਆਇਰੀ ਕਰਵਾਓਗੇ,
ਅਟੈਕ ਕੀਤਾ ਉਹਦੀ ਇਨਕੁਆਇਰੀ ਕਰੋਗੇ ਤਾਂ ਹੀ ਅਸੀਂ ਤੁਹਾਡਾ ਜਿਹੜਾ ਸਨਮਾਨ ਪ੍ਰਾਪਤ ਕਰਾਂਗੇ ਨਹੀਂ ਤਾਂ ਅਸੀਂ ਸਨਮਾਨ ਨਹੀਂ ਦੇਵਾਂਗੇ। ਇਹ ਸਾਰੀ ਇਹ ਸਾਡੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਰਵੀ ਸਿੰਘ ਪੰਜਾਬੀ ਲਿਖੋਗੇ ਤਾਂ ਮੈਂ ਮਾਣ ਮਹਿਸੂਸ ਕਰਦਾ, ਮੇਰਾ ਉਦਾਂ ਹੀ ਮਾਣ ਹੋ। ਬਿਲਕੁਲ ਬਿਲਕੁਲ, ਇੰਡੀਆ ਨੇ ਕਹਿ ਕੇ ਮੈਂ ਕੋਈ ਅਵਾਰਡ ਜਿਹੜਾ ਇਹ ਸਾਰੇ ਪੰਜਾਬੀਆਂ ਲਈ ਸਾਡੇ ਪੰਜਾਬ ਦੇ ਇੱਕ ਬੱਚੇ ਲਈ ਮਾਣ ਵਾਲੀ ਗੱਲ ਆ ਕਿ ਉਹਨਾਂ ਨੇ ਇੱਕ ਅਵਾਰਡ ਨੂੰ ਠੋਕਰ ਮਾਰ ਦਿੱਤੀ ਸਿਰਫ ਇਸ ਕਰਕੇ ਕਿ ਉਹਨਾਂ ਦੇ ਨਾਮ ਨਾਲ ਸਿਰਫ ਪੰਜਾਬੀ ਨਹੀਂ ਲਿਖ ਰਹੇ ਸੀ। ਦੂਸਰੀ ਵਾਰ ਫਿਰ ਨੋਮੀਨੇਸ਼ਨ ਕੀਤੀ ਸੀ ਉਹਨਾਂ ਨੇ, ਉਹ ਫਿਰ ਠੁਕਰਾਇਆ ਜੀ, ਦੋ ਵਾਰੀ ਇੰਡੀਆ ਦਾ ਜਿਹੜਾ ਅਵਾਰਡ ਉਹ ਠੁਕਰਾਇਆ ਜੀ। ਠੀਕ ਆ ਜੀ, ਠੀਕ ਆ। ਹੋਰ ਭਾਜੀ ਕੋਈ ਹੋਰ ਕੋਈ ਗੱਲਬਾਤ, ਕੋਈ ਬਚਪਨ ਦੀ ਕੋਈ ਵੀ ਗੱਲ ਜੇ ਤਾਦਾ ਜੇ ਕੋਈ ਸਾਂਝੀ ਕਰ ਸਕਦੇ ਹਾਂ ਤਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਹੋਊਗਾ। ਨਹੀਂ, ਉਹਨਾਂ ਦਾ ਬਚਪਨ ਜਿਹੜਾ ਇੱਥੇ ਪਿੰਡ 'ਚ ਰਿਹਾ, ਪਰ ਸਾਡੇ ਨਾਲ ਅਸੀਂ ਵੀ ਪੜ੍ਹਦੇ ਸੀ, ਉਹ ਵੀ ਪੜ੍ਹਦੇ ਸੀ, ਆਉਣ ਜਾਣ ਜ਼ਰੂਰ ਸੀ। ਇਹ ਪਰਿਵਾਰ ਇੱਥੇ, ਸਾਡੀ ਭੂਆ ਜੀ ਹੁਣੀ ਪਹਿਲਾਂ ਸਿੰਗਾਪੁਰ ਰਹਿੰਦੇ ਸੀ, ਉੱਥੋਂ ਬਹੁਤ ਪੰਜਾਬੀ ਜਿਹੜੇ ਉਹਨਾਂ ਨੇ ਡਿਪੋਰਟ ਕੀਤੇ ਸੀ, ਇਹ ਵੀ ਪਰਿਵਾਰ ਉੱਥੋਂ ਡਿਪੋਰਟ ਹੋ ਕੇ ਆ ਗਿਆ ਸੀ। ਠੀਕ ਆ ਜੀ। ਸਾਡੀ ਭੂਆ ਜੀ ਫੁੱਫੜ ਜੀ ਇੱਥੇ ਆ ਗਏ ਸੀ, ਮੁੜ ਕੇ ਇਹਨਾਂ ਨੂੰ ਬ੍ਰਿਟਿਸ਼ ਨੇ ਲਿਆ, ਫਿਰ ਸਾਡੇ ਫੁੱਫੜ ਜੀ ਉੱਥੇ ਗਏ, ਉਦੋਂ ਬਾਅਦ ਫਿਰ ਉਹਨਾਂ ਨੇ ਸਾਰੀ ਫੈਮਿਲੀ ਜਿਹੜੀ ਆ ਵਾਪਸ, ਜਿਹੜੀ ਯੂਕੇ ਗੌਰਮੈਂਟ ਨੇ ਸਿੰਗਾਪੁਰ ਤੋਂ ਆਈਆਂ ਫੈਮਿਲੀਆਂ ਜਿਹੜੀਆਂ ਯੂਕੇ ਗੌਰਮੈਂਟ ਨੇ ਲੈ ਲਈਆਂ ਸੀ। ਠੀਕ ਆ ਜੀ। ਉਹਦੇ ਵਿੱਚ ਇੱਥੋਂ ਪੜ੍ਹਦੇ ਸਾਰ ਹੀ ਉੱਥੇ ਫਿਰ ਇਹ ਇੰਗਲੈਂਡ ਸੈਟਲ ਹੋ ਗਏ ਸੀ। ਠੀਕ ਆ ਜੀ। 21 ਸਾਲ ਪਹਿਲਾਂ ਇਹਨਾਂ ਨੇ ਖਾਲਸਾ ਏਡ ਦਾ ਇੱਕ ਛੋਟਾ ਜਿਹਾ ਇੱਕ ਹੀ ਟਰੱਕ ਭਰ ਕੇ ਜਾ ਕੇ ਇਹਨਾਂ ਨੇ ਕਿਸੇ ਕੰਟਰੀ 'ਚ ਸਟਾਰਟ ਕੀਤਾ ਸੀ 21 ਸਾਲ ਪਹਿਲਾਂ, ਅੱਜ ਤੱਕ ਜਿਹੜਾ ਕਿ ਸਾਰੀ ਦੁਨੀਆ ਨੇ ਸਾਥ ਦਿੱਤਾ, ਜਿਹੜਾ ਚੱਲ ਰਿਹਾ। ਬਿਲਕੁਲ ਬਿਲਕੁਲ, ਬਹੁਤ ਮਾਣ ਵਾਲੀ ਗੱਲ ਆ। ਅਤੇ ਅੱਜ ਕੱਲ੍ਹ ਤਾਂ ਜੇ ਹੁਣ ਦੇਖੋ ਪਿੰਡ 'ਚ ਵੀ ਕੋਈ ਨਿੱਕਾ ਜਿਹਾ ਕੰਮ ਕਰਦਾ ਤਾਂ ਲੱਤਾਂ ਖਿੱਚਣ ਵਾਲੇ 36 ਹੁੰਦੇ, 21 ਸਾਲ ਇੱਕ ਸੰਸਥਾ ਨੂੰ ਚਲਾਉਣਾ, ਲੱਤਾਂ 'ਤੇ ਹੁਣ ਵੀ ਬਹੁਤ ਖਿੱਚ। ਹਾਂਜੀ, 21 ਸਾਲ ਇੱਕ ਸੰਸਥਾ ਨੂੰ ਚਲਾਉਣਾ ਅਤੇ ਪਾਰਦਰਸ਼ੀ ਚਲਾਉਣਾ ਬਹੁਤ ਵੱਡੀ ਗੱਲ ਆ, ਬਹੁਤ ਮਾਣ ਵਾਲੀ ਗੱਲ ਆ। ਅਤੇ ਵਾਹਿਗੁਰੂ ਉਹਨਾਂ ਦੀ ਮਤਲਬ ਕਾਮਯਾਬ, ਉਹਨਾਂ ਹੋਰ ਜ਼ਿਆਦਾ ਕਾਮਯਾਬੀ ਕਰੇ। ਖਾਲਸਾ ਏਡ ਦਾ ਜਿੱਥੇ ਤੱਕ ਨਾਂ ਹੈਗਾ ਆ, ਅੱਬਲ ਤਾਂ ਪਹਿਲਾਂ ਪੂਰੀ ਦੁਨੀਆ ਦੇ ਵਿੱਚ ਨਾਂ ਹੈਗਾ ਹੀ ਆ, ਪਰ ਫਿਰ ਵੀ ਮੈਂ ਚਾਹੁੰਦਾ ਭਾਰਤ ਕੀ ਪੂਰੀ ਦੁਨੀਆ ਦੇ ਬੱਚੇ ਬੱਚੇ ਦੇ ਮਤਲਬ ਮੂੰਹ 'ਤੇ ਖਾਲਸਾ ਏਡ ਦਾ ਨਾਂ ਹੋਵੇ। ਜਦੋਂ ਵੀ ਕਿਤੇ ਦੁਨੀਆ 'ਚ ਆਫਤ ਆਉਂਦੀ ਆ ਤਾਂ ਖਾਲਸਾ ਏਡ ਸਭ ਤੋਂ ਅੱਗੇ ਹੁੰਦੀ ਆ। ਹੁਣ ਤਾਂ ਅਸੀਂ ਕਿਤੇ ਵੀ ਜਾਂਦੇ ਹਾਂ ਖਾਲਸਾ ਏਡ ਦਾ ਨਾਂ ਸੁਣਦੇ ਹਾਂ, ਸਾਰ ਹੋਟਲਾਂ ਵਾਲੇ ਪਿੰਡਾਂ ਵਾਲੇ ਸਾਡਾ ਬਹੁਤ ਸਹਿਯੋਗ ਕਰਦੇ ਆ, ਸਿਰਫ ਉਹਨਾਂ ਦਾ ਨਾਂ ਸੁਣਦੇ ਸਰ। ਹੁਣ ਵੀ ਅਸੀਂ ਮਾਨਸੇ ਰਹਿ ਕੇ ਆਏ ਹਾਂ ਜੀ, ਹੋਟਲ ਵਾਲੇ ਨੇ 3 ਦਿਨ ਦਾ ਸਾਡੇ ਕੋਲ ਕੋਈ ਖਾਣੇ ਦਾ ਚਾਰਜ ਨਹੀਂ ਲਿਆ, ਔਰ ਸਾਨੂੰ ਉਹਨਾਂ ਨੇ ਕਿਹਾ ਕਿ ਕੋਈ ਸਹਿਯੋਗ ਹੋਵੇ, ਆਰਚੀਟੈਕਟ ਸਾਨੂੰ ਉਹਨਾਂ ਨੇ ਦਿੱਤੇ ਕੰਮ ਕਰਨੇ ਨੂੰ, ਔਰ ਉਹ ਗੱਡੀਆਂ ਤੱਕ ਵੀ ਸਾਨੂੰ ਦੇਣ ਨੂੰ ਤਿਆਰ ਸੀ, ਪਰ ਅਸੀਂ ਆਪਣੇ ਵਹੀਕਲ ਲੈ ਕੇ ਜਾ। ਅਤੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਪੁੱਛਣੀ ਚਾਹੁੰਦਾ, ਜੇ ਤੁਹਾਨੂੰ ਉਸ ਚੀਜ਼ ਬਾਰੇ ਪਤਾ ਹੋਵੇ ਤਾਂ ਉਹ ਜ਼ਰੂਰ ਦੱਸਿਓ। ਜਾਣੀ ਕਿ ਬਹੁਤ ਲੋਕ ਜਿੱਦਾਂ ਖਾਲਸਾ ਏਡ ਨਾਲ ਜਿਹੜੇ ਨਵੇਂ ਮੁੰਡੇ ਜੁੜਨਾ ਚਾਹੁੰਦੇ ਆ, ਜਿਹੜੇ ਵਲੰਟੀਅਰ ਆ ਉਹ ਜੁੜਨਾ ਚਾਹੁੰਦੇ ਆ, ਜ਼ਿਆਦਾਤਰ ਉਹਨਾਂ ਨੂੰ ਜਾਂ ਤਾਂ ਉਹਨਾਂ ਦੇ ਦਫ਼ਤਰ ਤੱਕ ਦਾ ਨਹੀਂ ਪਤਾ ਹੁੰਦਾ ਜੀ, ਖਾਲਸਾ ਏਡ ਨਾਲ ਜੁੜਨ ਲਈ ਕੀ ਕੋਈ ਕੋਈ ਸ਼ਰਤਾਂ ਆ, ਜਾਂ ਬੰਦੇ ਦੇ ਕੋਈ ਸ਼ਰਤਾਂ ਹੈਗੀਆਂ, ਜਾਂ ਮਤਲਬ ਕੋਈ ਵੀ ਬੰਦਾ ਖਾਲਸਾ ਏਡ ਨਾਲ ਜੁੜ ਕੇ ਸੇਵਾ ਕਰ ਸਕਦਾ? ਕੋਈ ਵੀ ਸੱਜਣ ਖਾਲਸਾ ਖਾਲਸਾ ਏਡ ਨਾਲ ਜੁੜ ਸਕਦਾ, ਚਾਹੇ ਉਹ ਕੁੜੀ ਆ ਚਾਹੇ ਉਹ ਮੁੰਡਾ। ਖਾਲਸਾ ਏਡ ਇੰਟਰਨੈਸ਼ਨਲ ਪੇਜ ਖੋਲ੍ਹੋ ਫੇਸਬੁੱਕ ਪੇਜ, ਉੱਤੋਂ ਤੁਹਾਨੂੰ ਪੂਰੀ ਡਿਟੇਲ ਮਿਲੇਗੀ, ਤੁਹਾਨੂੰ ਸਾਡੇ ਦਫ਼ਤਰਾਂ ਦੇ ਫੋਨ ਨੰਬਰ ਮਿਲਣਗੇ, ਉੱਥੇ ਸਾਰਿਆਂ ਦੇ ਨੰਬਰ ਮਿਲਣਗੇ, ਕਿਸੇ ਨਾਲ ਵੀ ਕੰਟੈਕਟ ਕਰਕੇ ਤੁਸੀਂ ਆਪਣੀ ਜਿਹੜੀ ਸੇਵਾ ਕਰ ਸਕਦੇ ਹੋ। ਅਸੀਂ ਪੂਰੇ ਪੰਜਾਬ ਦੇ ਵਿੱਚ ਕੋਈ ਗਰੀਬ ਫੈਮਿਲੀ ਆ, ਕਿਸੇ ਦਾ ਬੱਚਾ ਪੜ੍ਹਾਉਣਾ, ਕਿਸੇ ਦਾ ਘਰ ਬਣਾਉਣਾ, ਕੋਈ ਸਾਨੂੰ ਸੇਵਾ ਦਾ ਮੌਕਾ ਦਊਗਾ, ਅਸੀਂ ਹੱਸ ਕੇ ਉਹਦੇ ਸਾਥ ਦੇਣ ਨੂੰ ਤਿਆਰ ਹਾਂ ਜੀ। ਠੀਕ ਆ ਜੀ, ਮਤਲਬ ਸੰਪਰਕ ਕਰ ਸਕਦੇ, ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਆ ਆਪਾਂ, ਜੇ ਆਪਾਂ ਸੇਵਾ ਕਰਨੀ ਕਿਸੇ ਨੇ ਵੀ ਖਾਲਸਾ ਏਡ ਦਾ ਵਲੰਟੀਅਰ ਬਣਨਾ, ਕੋਈ ਵੀ ਖਾਲਸਾ ਏਡ ਨਾਲ ਜੁੜ ਸਕਦਾ ਜੀ, ਕੋਈ ਸ਼ਰਤ ਨਹੀਂ ਹੈਗੀ, ਨਿਸ਼ਪੱਖ ਸੇਵਾ ਆ, ਅਗਲਾ ਜੁੜੇ ਕੋਈ ਇਮਾਨਦਾਰੀ ਨਾਲ ਕੰਮ ਕਰੇ, ਅਸੀਂ ਕਿਸੇ ਨੂੰ ਕੋਈ ਪੈਸਾ ਨਹੀਂ ਦਿੰਦੇ। ਕੋਈ ਬੰਦਾ ਕਿਤੇ ਸੇਵਾ ਨਿਭਾਉਂਦਾ ਆ, ਉਹ ਰਜਿਸਟਰਡ ਕੰਪਨੀ ਹੋਊਗੀ, ਉਹਨੂੰ ਫੰਡ ਯੂਕੇ ਤੋਂ ਹੀ ਰਿਲੀਜ਼ ਹੋਊਗਾ। ਕੋਈ ਕੰਪਨੀ ਕਿਸੇ ਦਾ ਘਰ ਬਣਾਉਂਦੀ, ਅਸੀਂ ਉਹਨੂੰ ਸੇਵਾ ਦਿੰਦੇ, ਉਹਦਾ ਜੋ ਵੀ ਫੰਡ ਹੋਊਗਾ ਯੂਕੇ ਤੋਂ ਹੀ ਰਿਲੀਜ਼ ਹੋਊਗਾ, ਪ੍ਰੋਪਰ ਬਿੱਲ ਲੱਗੂਗਾ, ਕੋਈ ਕਿਸੇ ਦੇ ਹੱਥ 'ਤੇ ਅਸੀਂ ਨਾ ਪੈਸਾ ਹੱਥ 'ਤੇ ਲੈਂਦੇ ਹਾਂ ਨਾ ਦਿੰਦੇ ਹਾਂ, ਉਹ ਸਿਰਫ ਜਿਹੜਾ ਉਹ ਖਾਲਸਾ ਏਡ ਦੇ ਅਕਾਊਂਟ 'ਚ ਹੀ ਪੇਮੈਂਟ ਜਾਊਗੀ, ਜੋ ਕੋਈ ਸੇਵਾ ਕਰਨੀ ਚਾਹੁੰਦਾ ਅਤੇ ਉੱਥੋਂ ਹੀ ਰਿਲੀਜ਼ ਹੋਊਗੀ। ਕੋਈ ਕਿਸੇ ਨੂੰ ਜਿਹੜਾ ਕਿ ਕੋਈ ਨਗਦ ਕੈਸ਼ ਲੈਣ ਦੇਣ ਅਸੀਂ ਕੋਈ ਨਹੀਂ ਕਰ ਸਕਦੇ। ਦਰਅਸਲ ਅਸੀਂ ਸਾਨੂੰ ਜਿੱਦਾਂ ਪਹਿਲਾਂ ਪਿੰਡ ਦਾ ਵੀ ਸਾਡਾ, ਅਸੀਂ ਕੋਟਕੂਈ ਦੇ ਕੋਲ ਮਤਲਬ ਉੱਧਰ ਪੈ ਜਾਂਦਾ ਮੰਗਾ ਸਾਈਡ, ਉੱਧਰ ਪੈ ਜਾਂਦੇ ਸਾਡੇ ਪਿੰਡ, ਅਸੀਂ ਜਿੱਦਾਂ ਮਤਲਬ ਇਹ ਪਤਾ ਸੀ ਵੀ ਹੁਸ਼ਿਆਰਪੁਰ ਦੇ ਵਿੱਚ ਹੀ ਆ ਹੈਗੇ, ਅਸੀਂ ਵੀ ਹੁਸ਼ਿਆਰਪੁਰ ਤੋਂ ਹੀ ਆ, ਸਾਡੇ ਚੈਨਲ ਦਾ ਨਾਮ ਹੀ PV07 ਵਾਲੇ ਆ। ਠੀਕ ਹੈ ਜੀ, ਹਾਲੇ ਸਾਨੂੰ ਮਤਲਬ ਪਤਾ ਨਹੀਂ ਸੀਗਾ, ਉਹ ਤਾਂ ਅੱਜ ਅਸੀਂ ਵਿਹਲੇ ਪਿੰਡ ਬਾਰੇ ਨਹੀਂ ਪਤਾ, ਹਾਂਜੀ ਪਿੰਡ ਨਹੀਂ ਸੀ ਪਤਾ ਵੀ ਕਿੱਥੇ ਕੁ ਪੈਂਦਾ, ਫਿਰ ਅੱਜ ਅਸੀਂ ਕਿਹਾ ਹੁਣ ਕਿਉਂਕਿ ਦਿੱਲੀ ਗਏ, ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਖਾਲਸਾ ਏਡ ਇੰਟਰਨੈਸ਼ਨਲ ਪੇਜ ਫੇਸ ਖੋਲੋ, ਉੱਥੋਂ ਤੁਹਾਨੂੰ ਸਾਰਾ ਕੁਛ ਜਾਣਕਾਰੀ। ਦਿੱਲੀ ਗਏ ਅਸੀਂ ਜਦੋਂ ਉੱਥੇ ਖਾਲਸਾ ਏਡ ਦਾ ਟੈਂਟ ਦੇਖ ਕੇ ਆਉਂਦਾ, ਸਾਰਾ ਕੁਛ ਉੱਥੇ ਦੇਖਿਆ ਕਿੱਦਾਂ ਸੇਵਾ ਚੱਲ ਰਹੀ ਆ, ਫਿਰ ਉਦੋਂ ਦਾ ਜਿੱਦਾਂ ਦਾ ਦਿੱਲੀ ਤੋਂ ਵਾਪਸ ਆਇਆ ਪਿਛਲੇ ਐਤਵਾਰ ਦਾ ਹੀ, ਪਹਿਲਾਂ ਜਿੱਥੇ ਵੀ ਕਿਸਾਨ ਵੀਰਾਂ ਨੇ ਅੰਦੋਲਨ ਸ਼ੁਰੂ ਕੀਤਾ, ਉਦੋਂ ਤੋਂ ਹੀ ਹਰ ਜਗ੍ਹਾ ਤੇ ਸਹਾਇਤਾ ਚੱਲ ਰਹੀ ਆ, ਚਾਹੇ ਉਹ ਲੰਗਰ ਨੇ, ਚਾਹੇ ਕੋਈ ਹੋਰ ਚੀਜ਼ ਚਾਹੀਦੀ, ਚਾਹੇ ਪਾਣੀ ਚਾਹੀਦਾ, ਜਿੱਦਣ ਤੋਂ ਅੰਦੋਲਨ
ਠੀਕ ਆ ਜੀ, ਠੀਕ ਆ, ਠੀਕ ਆ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਤੇ ਹੁਣ ਅਸੀਂ ਦਰਸ਼ਕਾਂ ਨੂੰ ਥੋੜਾ ਜਿਹਾ ਪਿੰਡ ਦਾ ਵਿਊ ਦਿਖਾ ਦਈਏ ਤੇ ਉਹਨਾਂ ਦੇ ਘਰ ਦਾ ਵਿਊ ਦਿਖਾ ਦਈਏ, ਤੇ ਫਿਰ ਜਦੋਂ ਕਦੇ ਭਾਜੀ ਹੁਣੀ ਆਏ ਤੇ ਫਿਰ ਆਪਾਂ ਜ਼ਰੂਰ ਦਰਸ਼ਨ ਕਰਾਂਗੇ ਮੌਕਾ। ਹਾਂਜੀ ਜ਼ਰੂਰ ਜੀ ਜ਼ਰੂਰ। ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜਾ ਕੇ ਜ਼ਰੂਰ ਦੱਸੋ ਜੀ, ਅਤੇ ਸਾਡੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ। ਤੁਹਾਡਾ ਇੱਕ ਸ਼ੇਅਰ ਸਾਡੀ ਟੀਮ ਲਈ ਹੌਸਲਾ ਅਫਜਾਈ ਦਾ ਕੰਮ ਕਰੇਗਾ। ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ, ਉਦੋਂ ਤੱਕ ਤੁਸੀਂ ਪਿੰਡ ਮੁੱਢੀਆਂ ਜੱਟਾਂ ਦੇ ਡਰਾਉਣ ਨਾਲ ਲੈ ਸ਼ਾਟ ਦਾ ਆਨੰਦ ਮਾਣੋ ਜੀ। ਧੰਨਵਾਦ।